ਅਖਣ ਔਖਾ ਸਾਚਾ ਨਾਉ ਕਹਿੰਦੇ ਬੜਾ ਔਖਾ ਪਰਮਾਤਮਾ ਦਾ ਨਾਮ ਜਪਣਾ ਅਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੈ ਭੂਖ ਕਹਿੰਦੇ ਸੱਚੇ ਨਾਮ ਦੀ ਸਿਮਰਨ ਦੀ ਤਾਂਗ ਪੈਦਾ ਹੋਵੇ ਮਨ ਦੇ ਵਿੱਚ ਜਿਹੜਾ ਸਿਮਰਨ ਕਰਨਾ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਸੱਜੂ ਭਗਤ ਕਹਿੰਦੇ ਬੜਾ ਅਮੀਰਾ ਤੇ ਬੜੀ ਭਗਤੀ ਕਰਦਾ ਬੰਦਗੀ ਕਰਦਾ ਬੜਾ ਦਿਆਲੂ ਸੁਭਾਅ ਦੇ ਵਿੱਚ ਬੜੀ ਦਿਆ ਮੀਂ ਪੈ ਰਿਹਾ ਕੀ ਦੇਖਦਾ ਵੀ ਜਿਹੜੇ ਮਜ਼ਦੂਰ ਮਜ਼ਦੂਰੀ ਕਰਨ ਆਏ ਸੀ ਕਮਾਉਣ ਵਾਸਤੇ ਆਏ ਸੀ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਣ ਵਾਲੇ ਨਿਤ ਦੀ ਨਿਤ ਕਮਾ ਕੇ ਖਾਣ ਵਾਲੇ ਇਹ ਬੜਾ ਔਖਾ ਸਮਾਂ ਹੁੰਦਾ ਜਿਹੜੇ ਪਰਿਵਾਰ ਗਰੀਬ ਹੁੰਦੇ ਆ ਨਿਤ ਕਮਾਈ ਕਰਕੇ ਖਾਣ ਪੀਣ ਦਾ ਪ੍ਰਬੰਧ ਕਰਨਾ ਪਰ ਝੜੀ ਲਾਗੀ ਮੀਂਹ ਹਟਿਆ ਨਹੀਂ ਇੰਤਜ਼ਾਰ ਕਰਦੇ ਰਹੇ ਦੁਪਹਿਰ ਤਾਈਂ ਵੀ ਮੀਂਹ ਹਟੂ ਕੋਈ ਸਾਨੂੰ ਮਾਲਕ ਕੰਮ ਤੇ ਲਾਉ ਪਰ ਇਸ ਤਰ੍ਹਾਂ ਹੋਇਆ ਨਹੀਂ ਨਾ ਮੀਂਹ ਹਟਿਆ ਨਾ ਕੰਮ ਮਿਲਿਆ ਹੁਣ ਜਦੋਂ ਵਾਪਸ ਜਾ ਰਹੇ ਆ ਜਦੋਂ ਨਾ ਬੰਦਾ ਨਿਰਾਸ਼ਾਵਾਦੀ ਹੋਵੇ ਨਿਰਾਸ਼ਾ ਦੇ ਆਲਮ ਦੇ ਵਿੱਚ ਬੰਦੇ ਦੀ ਤੋਰ ਬੜੀ ਧੀਮੀ ਹੋ ਜਾਂਦੀ ਆ ਲੜਖੜਾ ਕੇ ਚੱਲਦਾ ਬਈ ਘਰ ਵੀ ਚੱਲੇ ਤੇ ਖਾਲੀ ਬੱਚੇ ਕੀ ਖਾਣਗੇ ਦਿਹਾੜੀ ਲੱਗੀ ਨਹੀਂ ਮਨ ਦੇ ਵਿੱਚ ਬੜੀ ਨਿਰਾਸ਼ਾ ਹੁਣ ਸੱਜੂ ਭਗਤ ਉਹਨੇ ਦੇਖਿਆ ਵੀ ਖਾਲੀ ਮੁੜੇ ਜਾਂਦੇ ਆ ਆਵਾਜ਼ ਮਾਰਦਾ ਮਜ਼ਦੂਰਾਂ ਨੂੰ ਖੜ ਗਏ ਕਹਿੰਦੇ ਦੱਸੋ ਭਗਤ ਜੀ ਕਿਉਂਕਿ ਸਾਰੇ ਸ਼ਹਿਰ ਵਾਸੀ ਜਾਣਦੇ ਨੇ ਵੀ ਇਹ ਬੜਾ ਸਿਮਰਨ ਕਰਦਾ ਬੜੀ ਸੇਵਾ ਕਰਦਾ ਬੜਾ ਚੰਗਾ ਕਾਰੋਬਾਰ ਆ ਉਹਦਾ ਤੇ ਬੜਾ ਭਗਤ ਆ ਦਿਆਵਾਨ ਉਹ ਮਜ਼ਦੂਰਾਂ ਨੂੰ ਕਹਿਣ ਲੱਗਾ ਵੀ ਅੱਜ ਤੁਹਾਨੂੰ ਖਾਲੀ ਮੁੜਨਾ ਪੈ ਰਿਹਾ ਕਹਿੰਦੇ ਹਾਂਜੀ ਮੀਂਹ ਹਟਿਆ ਨਹੀਂ ਦਿਹਾੜੀ ਲੱਗੀ ਨਹੀਂ ਖਾਲੀ ਜਾ ਰਹੇ ਹਾਂ ਤੇ ਭਗਤ ਜੀ ਕਹਿਣ ਲੱਗੇ ਵੀ ਖਾਲੀ ਨਾ ਜਾਓ ਆਓ ਆਪਦੇ ਘਰੇ ਜਨ ਤਿਆਰ ਕਰਵਾ ਕੇ ਇਹ ਕਹਿੰਦੇ ਮਾਲਾ ਫੜਾ ਦਿੰਦਾ ਵੀ ਸਿਮਰਨ ਕਰਨਾ ਜਿੰਨਾ ਕ ਸਮਾਂ ਬਚਿਆ ਕਹਿੰਦਾ ਦੁੱਗਣੀ ਦਿਹਾੜੀ ਦੇਉ ਜਿਹੜੀ ਮਜ਼ਦੂਰੀ ਕਰਕੇ ਤੁਸੀਂ ਕਮਾਈ ਕਰਦੇ ਆ ਉਹਦੋਂ ਦੁੱਗਣੀ ਪਰ ਪ੍ਰਮਾਤਮਾ ਦਾ ਨਾਮ ਜਪਣਾ ਚੌਂਕੜੇ ਲਾ ਕੇ ਬਹਿ ਗਏ ਹੁਣ ਜਿਹੜਾ ਸਿਮਰਨ ਕਰਨਾ ਇਹ ਜਿਹੜੀ ਜੀਵ ਆਤਮਾ ਸਾਡੀ ਜਿਹਨੂੰ ਸੁਰਤੀ ਕਹਿੰਦੇ ਆ ਇਹ ਨਿਰੰਕਾਰ ਦੇ ਨਾਲ ਜੁੜਦੀ ਆ ਜਿਹੜੇ ਮਨ ਦੇ ਖਿਆਲ ਆ ਬਾਹਰ ਝਟਕਣਾ ਉਹ ਬੰਦ ਹੋ ਜਾਂਦੇ ਆ ਹੁਣ ਜਿਹੜੀ ਮਜ਼ਦੂਰੀ ਕਰਦੇ ਆ ਹੱਥਾਂ ਦੇ ਨਾਲ ਤਣ ਕਰਕੇ ਮਿਹਨਤ ਕਰਨ ਵਾਲੇ ਮਨ ਦੀ ਅਵਸਥਾ ਉਹਨਾਂ ਦੀ ਹੈ ਨਹੀਂ ਉਹਨਾਂ ਨੂੰ ਕੰਮ ਬੜਾ ਰੁੱਖਾ ਬੜਾ ਔਖਾ ਲੱਗਾ ਇਹ ਜਿਵੇਂ ਕਿਵੇਂ ਕਰਕੇ ਸਮਾਂ ਬਤੀਤ ਹੋਇਆ ਜਦੋਂ ਜਾਣ ਲੱਗੇ ਭਗਤ ਜੀ ਨੇ ਦੁੱਗਣੀ ਮਜ਼ਦੂਰੀ ਦੇਤੀ ਕਹਿੰਦਾ ਕੱਲ ਫੇਰ ਆਉਂਗੇ ਜੇ ਕੱਲ ਨੂੰ ਆਉਂਗੇ ਤੇ ਫਿਰ ਦੁੱਗਣੀ ਮਜ਼ਦੂਰੀ ਦੇਵਾਂ ਵਧੀਆ ਭੋਜਨ ਤਿਆਰ ਕਰਕੇ ਜਲ ਪਾਣੀ ਛਕਾਵਾਂ ਕਹਿੰਦੇ ਨਾ ਜੀ ਕਹਿੰਦੇ ਭਗਤ ਜੀ ਗੁੱਸਾ ਨਾ ਮੰਨਿਓ ਇਹ ਤਾਂ ਕੰਮ ਹੀ ਬੜਾ ਔਖਾ ਸਾਥੋਂ 8-10 ਘੰਟੇ ਮਜ਼ਦੂਰੀ ਕਰਾ ਲਓ ਭਾਰਾ ਕੰਮ ਕਰਾ ਲਓ ਉਹ ਸਾਨੂੰ ਚੰਗਾ ਲੱਗਦਾ ਪਰ ਜਿਹੜਾ ਇਹ ਚੁੱਪ ਕਰਕੇ ਬਹਿਣਾ ਸਿਮਰਨ ਕਰਨਾ ਕਹਿੰਦੇ ਇਹ ਸਾਨੂੰ ਚੰਗਾ ਨਹੀਂ ਲੱਗਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਬੜਾ ਹੀ ਔਖਾ ਹੋਣੇ ਤੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆਖਣ ਔਖਾ ਸਾਚਾ ਨਾਉ ਕਹਿੰਦੇ ਸਿਮਰਨ ਬੜਾ ਔਖਾ ਕਿਉਂ ਔਖਾ ਜਿਹੜਾ ਪ੍ਰਮਾਤਮਾ ਦਾ ਨਾਮ ਜਪਣਾ ਗੁਰਬਾਣੀ ਪੜ੍ਹਨੀ ਹਰ ਬੰਦਾ ਪੜ ਲੈਂਦਾ ਗੁਰਬਾਣੀ ਪਰ ਆਪਦੇ ਜੀਵਨ ਤੇ ਇਹਨੂੰ ਲਾਗੂ ਕਰ ਸਕੀਏ ਇਹ ਕੰਮ ਬੜਾ ਔਖਾ ਉਤ ਭੁੱਖੇ ਖਾਏ ਚੱਲੀਏ ਦੂਖ ਕਹਿੰਦੇ ਜਦੋਂ ਸੱਚੇ ਨਾਮ ਦੀ ਭੁੱਖ ਲੱਗੀ ਹੋਵੇ ਨਾ ਅੰਮ੍ਰਿਤ ਵੇਲੇ ਮਨ ਦੇ ਵਿੱਚ ਤਾਂਗ ਹੋਵੇ ਬਈ ਹਿੰਮਤ ਦੇ ਨਾਲ ਉਪਰਾਲਾ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਜੀਵਨ ਸਫਲਾ ਕਰੀਏ ਪਰ ਇੱਕ ਹੁੰਦਾ ਵੱਧਾ ਰੁਦਾ ਬੱਧਾ ਚੱਟੀ ਜੋ ਭਰੇ ਨਾ ਵਰ ਨਾ ਉਪਕਾਰ ਬੱਧਾ ਰੁੱਧਾ ਕੋਈ ਕੰਮ ਕਰਨਾ ਰੁਚੀ ਨਾ ਹੋਵੇ ਕਹਿੰਦੇ ਉਹਦਾ ਕੋਈ ਫਲ ਨਹੀਂ ਮਿਲਦਾ ਪਰ ਜਿਹੜਾ ਪ੍ਰਮਾਤਮਾ ਦਾ ਨਾਮ ਜਪ ਲਿਆ ਉਹਦੇ ਦੁੱਖ ਦੂਰ ਹੋ ਜਾਂਦੇ ਆ ਜਿਹੜਾ ਇਹ ਬਚਨਾ ਨਾ ਗੁਰੂ ਸਾਹਿਬ ਦਾ ਉਤਪੂਖ ਹੈ ਖਾਏ ਚੱਲੀਏ ਦੁਖ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦੋ ਜਗ੍ਹਾ ਤੇ ਆਇਆ ਪਹਿਲਾ ਨੌ ਅੰਗ ਤੇ ਉਤਪੂਖੇ ਖਾਏ ਚੱਲੀਏ ਦੁਖ ਤੇ ਫੇਰ ਆਉਂਦਾ ਆਸਾ ਰਾਗ ਦੇ ਵਿੱਚ 349 ਅੰਗ ਤੇ ਉਥੇ ਇਹਦਾ ਪਾਠ ਤਤ ਭੁੱਖੈ ਖਾਏ ਚੱਲੀਏ ਦੁੱਖ ਇੱਕ ਥਾਂ ਤਿੱਤਾ ਇੱਕ ਥਾਂ ਉਤਾ ਪਰ ਜਿਹਦੇ ਅਰਥ ਭਾਵ ਆ ਇਹਦੇ ਉਹ ਰਲਦੇ ਮਿਲਦੇ ਆ ਸੋਕੋਂ ਵਿਸਰੈ ਮੇਰੀ ਮਾਏ ਹੇ ਮੇਰੀ ਮਾਂ ਅਰਦਾਸ ਕਰ ਪ੍ਰਮਾਤਮਾ ਮੈਨੂੰ ਕਦੇ ਨਾ ਭੁੱਲੇ ਜਿਵੇਂ ਜਿਵੇਂ ਘਰ ਦੇ ਕੰਮ ਕਰੀਏ ਕੋਈ ਡਿਊਟੀ ਕਰੀਏ ਕਿਸੇ ਨੇ ਵਪਾਰ ਕੀਤਾ ਜਿਹੜੇ ਗੁਰੂ ਦੇ ਸਿੱਖ ਹਨ ਆ ਨਾ ਭਾਵਨਾ ਵਾਲੇ ਉਹਨਾਂ ਨੂੰ ਪ੍ਰਮਾਤਮਾ ਵਿਸਰਦਾ ਨਹੀਂ ਉਹ ਕੰਮ ਕਰਦੇ ਹੋਏ ਸਵਾਸ ਸਵਾਸ ਸਿਮਰਨ ਵੀ ਕਰੀ ਜਾਂਦੇ ਆ ਸਾਚਾ ਸਾਹਿਬ ਸਾਚ ਨਾਹੀਂ ਕਹਿੰਦੇ ਜਿਉਂ-ਜਿਉਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਿਏ ਤਿਉਂ-ਤਿਉਂ ਸਦਾ ਕਾਇਮ ਰਹਿਣ ਵਾਲਾ ਮਾਲਕ ਸਾਡੇ ਮਨ ਦੇ ਵਿੱਚ ਆ ਕੇ ਵਸ ਜਾਂਦਾ ਕਿਵੇਂ ਵਸਦਾ ਉਹਦੀ ਦਿੱਤੀ ਹੋਈ ਸਿੱਖਿਆ ਉਹ ਮਨ ਦੇ ਵਿੱਚ ਉਵਸ ਜਾਂਦੀ ਯਾਰਹਾਉ ਰਹਾਉ ਤੋਂ ਭਾਵ ਹੈ ਠਹਿਰਾਉ ਰਹਾਉ ਦੀਆਂ ਤੁਕਾਂ ਦੇ ਵਿੱਚ ਸਾਰੇ ਸ਼ਬਦ ਦਾ ਅੰਤਰੀਵ ਭਾਵ ਹੋਇਆ ਕਰਦਾ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ ਤੇ ਉਹ ਅਸਥਾਈ ਜਾਂ ਟੀਕ ਰਹਾਉ ਦੀਆਂ ਤੁਕਾਂ ਨੂੰ ਬਣਾਉਂਦੇ ਨੇ ਸਾਚੇ ਨਾਮ ਕੀ ਤਿਲ ਵਡਿਆਈ ਕਹਿੰਦੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਵੀ ਮਹਿਮਾ ਜੇ ਅਸੀਂ ਕਰਨ ਦਾ ਉਪਰਾਲਾ ਕਰੀਏ ਹੇ ਵਾਹਿਗੁਰੂ ਅਸੀਂ ਤੇਰੇ ਵਡਿਆਈ ਨਹੀਂ ਕਰ ਸਕਦੇ ਤੇਰੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਕਿਉਂਕਿ ਅਸੀ ਅਲਪਗ ਜੀਵ ਕਲਯੁਗੀ ਜੀਵ ਭੁੱਲਣਹਾਰ ਤੂੰ ਸਮਰੱਥ ਵੱਡਾ ਦਾਤਾ ਬੇਅੰਤ ਗੁਣਾ ਦੇ ਨਾਲ ਭਰਪੂਰ ਆਖ ਥਕੇ ਕੀਮਤ ਨਹੀਂ ਪਾਈ ਕਹਿੰਦੇ ਬਿਆਨ ਕਰਕੇ ਸਾਰੇ ਥੱਕ ਗਏ ਜਿਹੜੀ ਗੁਰੂ ਸਾਹਿਬ ਦੀ ਉਪਮਾ ਕਰਨੀ ਆ ਵੜਿਆਈ ਕਰੀਏ ਮਨ ਕਰਕੇ ਕਹਿੰਦੇ ਜਿੰਨੀ ਮਰਜੀ ਵੜਿਆਈ ਕਰ ਲੋ ਵੱਡਾ ਨਾ ਹੋਵੇ ਘਾਟ ਨਾ ਜਾਈ ਕਹਿੰਦੇ ਸਾਡੇ ਵੜਿਆਈ ਕੀਤਿਆਂ ਤੋਂ ਉਹ ਵੱਡਾ ਨਹੀਂ ਹੁੰਦਾ ਜੇ ਅਸੀਂ ਨਾ ਕਰਾਂਗੇ ਉਹ ਛੋਟਾ ਨਹੀਂ ਹੋ ਜਾਣਾ ਪਰ ਇਹਦੇ ਵਿੱਚ ਸਾਡੇ ਜੀਵਨ ਦੇ ਵਿੱਚ ਬੜਾ ਬਦਲਾ ਆ ਜਾਂਦਾ ਸੁਭਾਅ ਦੇ ਵਿੱਚ ਸਾਡੀ ਸੋਚ ਚੰਗੀ ਹੋ ਜਾਂਦੀ ਆ ਜਦੋਂ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਵਾਂਗੇ ਕਿਉਂਕਿ ਜਿਹੜੇ ਨਿਤ ਦੇ ਕਰਮਾਂ ਸਾਡੇ ਸਾਡਾ ਜੀਵਨ ਜਦੋਂ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਫਿਰ ਜੀਵਨ ਗਰਾਵਟ ਵੱਲ ਨੂੰ ਜਾ ਰਿਹਾ ਮਾੜੀ ਪਾਸੀ ਨੂੰ ਹਮੇ ਆਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛੋੜ ਵਿਖੈ ਵਿਖ ਖਾਹੀ ਏ ਵਾਹਿਗੁਰੂ ਬੜੇ ਔਗਣਾਂ ਇਹ ਗੱਲ ਸਾਨੂੰ ਕਬੂਲ ਕਰਨੀ ਚਾਹੀਦੀ ਹੈ ਵੀ ਸਾਡੇ ਵਿੱਚ ਬੜੇ ਔਗਣਾਂ ਔਗਣੀ ਭਰਿਆ ਸਰੀਰ ਹੈ ਕਹਿੰਦੇ ਏ ਵਾਹਿਗੁਰੂ ਕਹਿੰਦੇ ਇੱਕ ਨਹੀਂ ਅਨੇਕਾਂ ਹੀ ਯੋਗ ਹਨ ਕਿਉਂ ਸੰਤੋ ਨਿਰਮਲ ਹੋਏ ਕਹਿੰਦੇ ਯੋਗਨਾ ਦੇ ਨਾਲ ਭਰਿਆ ਹੋਇਆ ਸਰੀਰ ਕਹਿੰਦੇ ਨਿਰਮਲ ਕਿਵੇਂ ਹੋਵੇਗਾ ਕਿਵੇਂ ਸਫਲਾ ਹੋਵੇਗਾ ਹੁਣ ਇਹ ਗੁਰੂ ਦੇ ਬਚਨ ਜਦੋਂ ਅਸੀਂ ਵਿਚਾਰ ਕੇ ਪੜ੍ਹਦੇ ਆਂ ਬੜੇ ਲੋਕ ਭੇਖ ਧਾਰ ਲੈਂਦੇ ਆ ਪੇਖ ਦਿਖਾਏ ਜਗਤ ਕੋ ਲੋਗਣ ਕੋ ਵਸਕੀਨ ਪੇਖ ਧਾਰਨਾ ਮਨ ਦੇ ਵਿੱਚ ਹੋਰ ਮੁਖਤੇ ਹੋਰ ਬਗਲ ਮੇ ਸ਼ਰੀ ਮੁਖ ਮੇ ਰਾਮ ਰਾਮ ਇਹ ਕਹਾਵਤ ਬਹੁਤ ਲੋਕਾਂ ਤੇ ਲਾਗੂ ਹੁੰਦੀ ਆ ਚੰਦਨ ਮਸਤਕ ਪਾਤੀ ਇਹ ਪ੍ਰਭਾਤੀ ਰਾਗ ਦੇ ਵਿੱਚ ਭਗਤ ਬੀਣੀ ਜੀ ਦਾ ਸ਼ਬਦ ਆ ਬਈ ਕਿਵੇਂ ਭੇਖ ਧਾਰਿਆ ਸਰੀਰ ਦੇ ਉੱਤੇ ਚੰਦਨ ਦਾ ਲੇਪ ਮੱਥੇ ਦੇ ਉੱਤੇ ਤુલਸੀ ਦੇ ਪੱਤਰ ਲਾ ਲੈਂਦਾ ਭੇਖ ਧਾਰ ਲਿਆ ਰਿਦੇ ਅੰਤਰ ਕਰ ਕਲ ਕਾਤੀ ਕਹਿੰਦੇ ਤੇਰੇ ਹਿਰਦੇ ਵਿੱਚ ਜਿਹੜੇ ਵਿਚਾਰ ਚੱਲਦੇ ਆ ਹੁਣ ਆਪਾਂ ਸਾਰੇ ਬੈਠੇ ਆ ਸਾਡਾ ਤਨ ਹਾਜ਼ਰ ਆ ਇੱਥੇ ਮਨ ਦਾ ਨਹੀਂ ਪਤਾ ਬਈ ਮਨ ਸਾਡਾ ਕਿੱਥੇ ਤੁਰਿਆ ਫਿਰਦਾ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਮਨ ਦੀ ਹਾਜ਼ਰੀ ਲਗਣੀ ਆ ਜਿਹਦਾ ਮਨ ਹਾਜ਼ਰ ਹੋਇਆ ਰੇ ਦੇ ਅੰਤਰ ਕਰ ਤਲ ਕਾਤੀ ਕਹਿੰਦੇ ਤੇਰੇ ਹਿਰਦੇ ਵਿੱਚ ਤੇਰੀ ਸੋਚ ਤੇਰੇ ਵਿਚਾਰ ਕਹਿੰਦੇ ਹੋਰਾ ਰਸਨਾ ਤੋਂ ਝੂਠ ਬੋਲਦਾ ਕਹਿੰਦੇ ਐਂ ਲੱਗਦਾ ਜਿਵੇਂ ਤੇਰੇ ਹੱਥਾਂ ਦੇ ਵਿੱਚ ਕੈਂਚੀ ਫੜੀ ਹੋਵੇ ਕੈਂਚੀ ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ ਕਹਿੰਦੇ ਤੇਰੀ ਨਿਗਾ ਠੱਗਾਂ ਵਾਲੀ ਆ ਜਦੋਂ ਆਪਾਂ ਜੀਵਨ ਦੇ ਵਿੱਚ ਵਿਚਰਦੇ ਆ ਕਿਤੇ ਵੀ ਜਾਂਦੇ ਆ ਗਾਲਾ ਬੰਦਾ ਦੇਖ ਕੇ ਆਪਣੀ ਨਿਗਾ ਜਿਹੜੀਆਂ ਅੱਖਾਂ ਉਹ ਸਾਡੇ ਮਨ ਦੀ ਮਲੀਨਤਾ ਮਨ ਦੀ ਕ੍ਰੂਪਤਾ ਅੱਖਾਂ ਦੇ ਰਾਹੀਂ ਬਾਹਰ ਆ ਜਾਂਦੀ ਹੈ ਸਿਆਣੇ ਬੰਦੇ ਨੂੰ ਸਮਝ ਲੱਗ ਜਾਂਦੀ ਹੈ ਬਈ ਇਹਦੀ ਝਾਕਣੀ ਚੰਗੀ ਨਹੀਂ ਹੈ ਪਹਿਰਾਵਾ ਬੜਾ ਵਧੀਆ ਵਿਖਾਵਾ ਬੜਾ ਵਧੀਆ ਕੀਤਾ ਹੋਇਆ ਧਾਰਮਿਕ ਹੋਣ ਦਾ ਪਰ ਜਿਹੜੀ ਦ੍ਰਿਸ਼ਟੀ ਹੈ ਇਹ ਸੁਧ ਨਹੀਂ ਹੈ ਇਹ ਦੋ ਤਰ੍ਹਾਂ ਦੀ ਦੱਸਿਆ ਵਿਦਵਾਨਾਂ ਨੇ ਇੱਕ ਹੁੰਦੀ ਆ ਦੋਖ ਦ੍ਰਿਸ਼ਟ ਇੱਕ ਹੁੰਦੀ ਆ ਸੁਭ ਦ੍ਰਿਸ਼ਟ ਜਿਹੜੀ ਦੋਖ ਦ੍ਰਿਸ਼ਟਾ ਇਹ ਆਪਾਂ ਜਦੋਂ ਦੇਖਦੇ ਆ ਅਗਲੇ ਨੂੰ ਮਾੜੀ ਨਿਗਾਹ ਦੇ ਨਾਲ ਕਿਸੇ ਦਾ ਮਾੜਾ ਸੋਚਣਾ ਕਿਸੇ ਦੇ ਔਗਣ ਦੇਖਣੇ ਇਹਨੂੰ ਕਹਿੰਦੇ ਆ ਠੱਗ ਦ੍ਰਿਸ਼ਟ ਦੋਖ ਦ੍ਰਿਸ਼ਟ ਤੇ ਜਿਹੜੇ ਚੰਗਾ ਸੋਚਦੇ ਆ ਸਰਵਤ ਦਾ ਭਲਾ ਮੰਗਦੇ ਆ ਉਹਨੂੰ ਕਹਿੰਦੇ ਆ ਸੁਭ ਦ੍ਰਿਸ਼ਟ ਦੇਖ ਵੈਸ ਨੂੰ ਪ੍ਰਾਨ ਮੁਖ ਭਾਗਾ ਪਰ ਵੇਖਣ ਨੂੰ ਤੂੰ ਬੜਾ ਧਾਰਮਿਕ ਜਾਪਦਾ ਤੇਰਾ ਲਿਵਾਸ ਬੜਾ ਵਧੀਆ ਤੇਰੇ ਬਚਨ ਬੜੇ ਚੰਗੇ ਲੱਗਦੇ ਆ ਕਹਿੰਦੇ ਵੇਖਣ ਨੂੰ ਬੜਾ ਚੰਗਾ ਦਿਆਵਾਨ ਜਾਪਦਾ ਕਾਲ ਭਗਵੰਤ ਬੰਦ ਚਰਾਮੰ ਕਹਿੰਦੇ ਹੇ ਵਿਸ਼ਈ ਮਨੁਖ ਹੇ ਭੈੜੇ ਮਨੁਖ ਤੂੰ ਕਲ ਜੁਗੀ ਸੁਭਾਵ ਦੇ ਵਿੱਚ ਅਪਰਵਿਰਤ ਹੈ ਲੱਗਾ ਹੋਇਆ ਮਾੜਾ ਸੋਚੀ ਜਾਣਾ ਮਾੜਾ ਕਰੀ ਜਾਣਾ ਕਹਿੰਦੇ ਪਰ ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਭਗਤ ਜੀ ਕਹਿੰਦੇ ਕਹਿੰਦੇ ਮੰਦਰਾਂ ਦੇ ਵਿੱਚ ਜਾ ਕੇ ਧਾਰਮਿਕ ਸਥਾਨਾਂ ਤੇ ਜਾ ਕੇ ਕਹਿੰਦੇ ਵੜੀ ਡੰਡਉਤ ਵੰਦਨਾ ਕਰਦਾ ਲੰਮਾ ਪੈ ਕੇ ਬੜਾ ਸਮਾਂ ਲਾਦਣਾ ਅਰਦਾਸ ਕਰਦਾ ਕਰੂਰ ਦਿਸ਼ਟ ਰਤਾ ਨਿਸ ਬਾਦੰ ਕਹਿੰਦੇ ਤੇਰੀ ਨਜ਼ਰ ਸੁਧ ਨਹੀਂ ਹੈ ਕਹਿੰਦੇ ਟੇਢੀ ਨਿਗਾਹ ਦੇ ਨਾਲ ਤੂੰ ਅਗਲੇ ਵੱਲ ਝਾਕਦਾ ਏਹੀ ਤੇਰੇ ਮਨ ਦੀ ਖੋਟ ਤੈਨੂੰ ਟਿਕਣ ਨਹੀਂ ਦਿੰਦੀ ਕਹਿੰਦੇ ਦਿਨ ਤੇ ਰਾਤ ਦੁਨਿਆਵੀ ਤੰਦਿਆਂ ਦੇ ਵਿੱਚ ਖਚਤ ਰਹਿ ਕੇ ਕਿਉਂਕਿ ਸਾਡੀ ਜਿਹੜੀ ਸੋਚ ਆ ਹੁਣ ਅਸੀਂ ਆਪਦੇ ਕਾਰੋਬਾਰ ਨੂੰ ਵਧਾਉਣ ਦੇ ਲਈ ਬੜਾ ਯਤਨ ਕਰਦੇ ਆਂ ਅਸੀਂ ਜਾਗੇ ਹੋਇਆ ਕਾਰੋਬਾਰ ਦੇ ਲਈ ਸੁੱਤੇ ਹੋਇਆ ਉਸ ਕਰਤਾਰ ਦੇ ਲਈ ਰੱਬ ਵਾਲੇ ਪਾਸੇ ਸਾਡੀ ਸੋਚ ਸਾਡੀ ਸੁਰਤ ਜੁੜਦੀ ਨਹੀਂ ਵੀ ਗੁਰੂ ਸਾਹਿਬ ਨੇ ਕਿੰਨੇ ਪਵਿੱਤਰ ਬਚਨ ਸਾਡੇ ਭਲੇ ਦੇ ਲਈ ਉਚਾਰਨ ਕੀਤੇ ਹੋਇਆ ਸਤਗੁਰ ਬਚਨ ਤੇਮਾਰੇ ਨਿਰਗੁਣ ਨਿਸਤਾਰੇ ਨਿਤ ਪ੍ਰਤਿ ਇਸ਼ਨਾਨ ਸਰੀਰੰ ਕਹਿੰਦੇ ਏ ਭੈੜੇ ਮਨੁਖ ਤੂੰ ਬੜਾ ਇਸ਼ਨਾਨ ਕਰਦਾ ਸੁਚਮਤਾ ਦਾ ਪਖੰਡ ਕਰਦਾ ਪਰ ਤੇਰੇ ਕਰਮ ਚੰਗੇ ਨਹੀਂ ਦਿਨ ਰਾਤ ਲੋਭ ਦੇ ਵਿੱਚ ਖਾਚਤ ਹੋ ਕੇ ਆਪਦੇ ਧੰਦਿਆਂ ਦੇ ਵਿੱਚ ਲੱਗਾ ਹੋਇਆ ਦੋਏ ਧੋਤੀ ਕਰਮ ਮੁਖ ਖੀਰਾਂ ਕਹਿੰਦੇ ਦੋ ਧੋਤੀਆਂ ਰੱਖਦਾ ਕਰਮ ਕਾਂਡ ਵੀ ਕਰਦਾ ਦੁੱਧਾ ਧਾਰੀ بڑے ਲੋਕ ਦੁੱਧਾ ਧਾਰੀ ਕਹਿੰਦੇ ਜੀ ਬਈ ਅੰਨ ਨਹੀਂ ਖਾਂਦੇ ਭੋਜਨ ਨਹੀਂ ਸ਼ੱਕਦੇ ਵਰਤ ਰੱਖ ਲੈਨੇ ਜਾਂ ਕੁਝ ਚੋਣ ਕਰ ਲੈਣੀ ਬਿਆਹ ਨਹੀਂ ਖਾਣਾ ਆ ਖਾਣਾ ਕਹਿੰਦੇ ਇਹੋ ਜਾਂ ਤੇਰਾ ਸੁਭਾਅ ਬਣਿਆ ਹੋਇਆ ਕਹਿੰਦੇ ਦੁੱਧ ਤੋਂ ਬਣੇ ਵਧੀਆ ਸੁਆਦਲੇ ਪਦਾਰਥ ਤੂੰ ਛਕਦਾ ਹਿਰਦ ਸੁਰੀ ਸੰਧਿਆਨੀ ਪਰ ਕਹਿੰਦੇ ਆਪਣੇ ਹਿਰਦੇ ਵਿੱਚ ਤੂੰ ਸੁਰੀ ਕਾਸਕੇ ਰੱਖੀ ਹੋਈ ਆ ਜਿਵੇਂ ਆਪਾਂ ਕਹਿ ਦੀ ਜਨਾ ਵੀ ਤਿਆਰਪੁਰ ਤਿਆਰ ਕਹਿੰਦੇ ਹੱਥ ਦੇ ਵਿੱਚ ਸੂਰੀ ਆ ਤੇਰੇ ਪਰ ਤੇਰਾ ਦਾ ਨਹੀਂ ਲੱਗਦਾ ਜਿੱਦੇ ਦਾ ਲੱਗਿਆ ਕਿਸੇ ਨਾ ਠੱਗੀ ਮਾਰਨ ਨੂੰ ਤੂੰ ਵਸਾ ਨਹੀਂ ਕਰਨਾ ਠੱਗੀ ਮਾਰੇਗਾ ਧੋਖਾ ਦੇਵੇਂਗਾ ਪਰ ਦਰਬ ਹਿਰਨ ਕੀ ਬਾਣੀ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਆ بڑے ਲੋਕ ਜਿਨ੍ਹਾਂ ਦਾ ਕੰਮ ਆ ਠੱਗੀਆਂ ਮਾਰਨੀਆਂ ਪਰ ਇਹ ਥੋੜੀ ਆ ਵੀ ਠੱਗੀਆਂ ਬੰਦ ਹੋ ਗਈਆਂ ਮੋਢ ਤੋਂ ਲੈ ਕੇ ਜਿੱਥੇ ਚੰਗੇ ਭਲੇ ਇਨਸਾਨ ਉਥੇ ਮਾੜੇ ਵੀ ਆ ਕਹਿੰਦੇ ਪਰਦਰਭ ਹਿਰਨ ਕੀ ਬਾਣੀ ਕਹਿੰਦੇ ਤੈਨੂੰ ਪਰਾਇਆ ਤਣ ਠੱਗਣ ਦੀ ਆਦਤ ਪਈ ਹੋਈ ਆ ਇਹ ਮਾੜੀਆਂ ਆਦਤਾਂ ਇਹ ਸਾਡਾ ਖੇੜਾ ਨਹੀਂ ਛੱਡਦੀਆਂ ਜਦੋਂ ਖੇੜਾ ਨਹੀਂ ਛੱਡਦੀਆਂ ਫਿਰ ਉਹ ਜਿਹਾ ਸੁਭਾਅ ਬਣ ਜਾਂਦਾ ਉਹੇ ਜਾਈ ਉਹੇ ਦੇ ਕਰਮ ਕਰ ਕਰਕੇ ਬੰਦਾ ਖوار ਹੋ ਜਾਂਦਾ ਜੇ ਅਸੀਂ ਗੁਰੂ ਸਾਹਿਬ ਦੇ ਪਵਿੱਤਰ ਬਚਨ ਪੜਾਂਗੇ ਵਿਚਾਰਾਂਗੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੂਗਾ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਾਂਗੇ ਕਹਿੰਦੇ ਸਰੀਰ ਪਵਿੱਤਰ ਹੋ ਜੂ ਸਾਡਾ ਮਨ ਨਿਰਮਲ ਹੋ ਜੂ ਜਦੋਂ ਗੁਰੂ ਦੇ ਬਚਨ ਪੜੇ ਧਿਆਨ ਦੇ ਕੇ ਗੁਰੂ ਦੇ ਬਚਨ ਸੁਣਾਗੇ ਅਕਾਲ ਪੁਰਖ ਦੇ ਗੁਣ ਗਾਵਾਂਗੇ ਜੇ ਸਭ ਮਿਲ ਕੇ ਆਖਣ ਪਾਹੇ ਕਹਿੰਦੇ ਜੇ ਸਾਰੇ ਰਲ ਕੇ ਆਪਾਂ ਯਤਨ ਕਰੀਏ ਉਸ ਅਕਾਲ ਪੁਰਖ ਦੀ ਵਡਿਆਈ ਕਰੀਏ ਰਲ ਮਿਲ ਕੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਈ ਕਹਿੰਦੇ ਉਹ ਪ੍ਰਭੂ ਵੱਡਾ ਨਹੀਂ ਹੋ ਜਾਂਦਾ ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ ਤੇ ਕਹਿੰਦੇ ਛੋਟਾ ਨਹੀਂ ਹੋ ਜਾਂਦਾ ਇਹ ਜਿਹੜੇ ਗੁਰੂ ਦੇ ਬਚਨ ਸਾਚੇ ਨਾਮ ਕੀ ਤਿਲ ਵਡਿਆਈ ਕਹਿੰਦੇ ਸਦਾ ਕਾਇਮ ਰਹਿਣ ਵਾਲੇ ਪਰਬੂ ਦੇ ਨਾਮ ਦੀ ਰਤਾ ਜਿਤਨੀ ਵੀ ਮਹਿਮਾ ਕਰਦੇ ਰਹਿਣਾ ਚਾਹੀਦਾ ਆਖ ਥਕੇ ਕੀਮਤ ਨਹੀਂ ਪਾਈ ਕਹਿੰਦੇ ਬਿਆਨ ਕਰਕੇ ਗੁਰੂ ਦੀ ਵਡਿਆਈ ਕਹਿੰਦੇ ਦੇਵੀ ਦੇਵਤੇ ਅਕਾਲ ਪੁਰਖ ਦੀ ਵਡਿਆਈ ਕਰਦੇ ਨੇ ਸਾਰੇ ਜੀਵ ਜੰਤ ਪਰ ਉਹਦੀ ਬਰਾਬਰ ਹੋਰ ਹਸਤੀ ਨਹੀਂ ਹੈ ਕੋਈ ਵੀ ਜੇ ਅਸੀਂ ਤੁਲਨਾ ਕਰੀਏ ਨਾ ਉਹ ਮਰੈ ਨਾ ਹੋਵੇ ਸੋਗ ਕਹਿੰਦੇ ਉਹ ਜਨਮ ਮਰਨ ਤੋਂ ਰਹਿਤਾ ਇਹ ਲੜੀਵਾਰ ਜਿਹੜੀ ਗੁਰਬਾਣੀ ਦੀ ਵਿਚਾਰ ਚੱਲ ਰਹੀ ਆ ਆਪਾਂ ਹਰ ਰੋ ਸਰਵਣ ਕਰਦੇ ਆ ਸਤਿਗੁਰੂ ਰਹਿਮਤਾਂ ਕਰਨ ਇਹ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਲਾਈਵ ਟੈਲੀਕਾਸਟ ਹੋ ਰਹੀ ਹੈ ਤੇ ਸੰਗਤਾਂ ਉਪਰਾਲਾ ਕਰਕੇ ਸਮਾਂ ਕੱਢ ਕੇ ਗੁਰੂ ਘਰੇ ਹਾਜ਼ਰੀਆਂ ਭਰਿਆ ਕਰੋ ਲਾਹਾ ਲੈਣਾ ਜੀਵਨ ਸਫਲਾ ਕਰਨਾ ਭੁੱਲ ਚੁੱਕ ਦੀ ਖਿਮਾ ਬਲਾਉ ਫਤੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ